ਕੋਈ ਜੰਗਲ ਕੋਈ ਦਰਿਆ ਦਾ ਪਤਨ ਕੋਈ ਰੇਤ ਦੇ ਟੀਲੇ ਕੋਈ ਪਹਾੜਾਂ ਦੀ ਚੋਟੀ ਕੋਈ ਸਹਿਰਾ ਉਹਦੇ ਪਿੱਛੇ ਤਮਾਮ ਤਰ ਤਸੱਵਰਾਤ ਕਰਾਮਾਤ ਵਾਲੇ ਨਹੀਂ ਹੋਣਗੇ ਉਹ ਬਜ਼ੁਰਗ ਕਦਮ ਕਦਮ ਤੇ ਕਿਸੇ ਤੇ ਕਾਮਤ ਤੱਕ ਹੋਵੇ ਗਰਾਂ ਇਹ ਬੁਨਿਆਦੀ ਚੀਜ਼ ਹੈ ਇਸਲਾਮ ਦੇ ਅੰਦਰ ਖਿੜਕੂ ਫਿੜਕੂ ਜਿਹੜਾ ਬਣਿਆ ਮੁਰੀਦ ਵੀ ਗਿਆ ਤੇ ਪੀਰ ਵੀ ਹੌਲੀ ਹੌਲੀ ਬੋਲੋ ਨਵੇਂ ਨਵੇਂ ਰੰਗ ਜਿਹੜੇ ਹੈ ਨਾ ਪੀਰੀ ਮੁਰੀਦੀ ਵਾਲੇ ਫੂਕੇ ਮਾਰ ਕੇ ਕਿਲ ਕੱਢ ਦਿਓ ਕੋਕੇ ਕੱਢ ਦਿਓ ਇਹਦੇ ਤੋਂ ਜਿੰਨਾ ਕੱਪ ਅਵਾਈਡ ਕਰ ਸਕਦੇ ਹੋ ਕਰੋ ਨਾਰਾਜ਼ ਹੋ ਗਏ ਹੋ ਥੋੜਾ ਜਿਹਾ ਹੋਰ ਹੌਲੀ ਬੋਲੋ ਹੌਲੀ ਬੋਲੋ ਐਸੇ ਤਸੱਵਰਾਤ ਕੋਲੋਂ ਬਚ ਜਾਓ ਬਹੁਤ ਖਤਰਨਾਕ ਕਿਸਮ ਦਾ ਮਰਹਲਾ ਹੈ ਅਸਰ ਹਾਜ਼ਰ ਅੰਦਰ ਇਸ ਵੇਲੇ ਉਸਵਾਏ ਮੁਸਤਫਾ ਦੀ ਉਹ ਖੂਬਸੂਰਤ ਔਰ ਪਾਕੀਜ਼ਾ ਤਸਵੀਰ ਔਰ ਪੈਕਰ ਅਬੂ ਬਕਰ ਔਰ ਅਬੂ ਬਕਰ ਦੇ ਉਸਵਾ ਔਰ ਪੈਕਰ ਦਾ ਨਮੂਨਾ ਹਰ ਮੁਸਲਮਾਨ ਵਾਸਤੇ ਹੋਣਾ ਜ਼ਰੂਰੀ ਹੈ ਅਲਹਮਦੁਲਿਲਾ ਅਹਲ ਸੁਨਤ ਵ ਜਮਾਤ ਨੂੰ ਇਹ ਏਜ਼ਾਜ਼ ਹਾਸਿਲ ਹੈ ਕਿ ਅਸੀਂ ਮੁਸਤਫਾ ਪਾਕ ਦੀ ਬਾਰਗਾਹ ਵਿੱਚ ਬੈਠ ਕੇ ਇੱਕ ਹਿਸਾਬ ਫੈਜ਼ ਕਰਨ ਔਰ ਲੈਣ ਵਾਲਿਆਂ ਨੂੰ ਮੁਹੱਬਤ ਉਲਫਤ ਔਰ ਅਕੀਦਤ ਦੀ ਨਜ਼ਰ ਨਾਲ ਵੇਖ ਰਹੇ ਹਾਂ ਵੇਖਦੇ ਰਵਾਂਗੇ ਔਰ ਉਹਨਾਂ ਕੋਲ ਬਰਕਾਤ ਲੈਂਦੇ ਰਵਾਂਗੇ ਤੋ ਅਰਜ਼ੇ ਗਏ ਉਹ ਫਿਕਰ ਤੇ ਪੁਖਤਾ ਰਹੇ ਆਪਣੀ ਬਾਤ ਤੇ ਯਾਨੀ ਐਲਾਨ ਨਾ ਵੀ ਕਰਦੇ ਤਾਂ ਵੀ ਮੈਂ ਮੰਨ ਗਿਆ ਸਾਂ ਮੈਨੂੰ ਪਤਾ ਅੱਲਾਹ ਦੇ ਸੱਚੇ ਅੱਲਾਹ ਦੇ ਸੱਚੇ ਅੱਲਾਹ ਦੇ ਸੱਚੇ ਰਸੂਲ ਨੇ ਸਵਾਸਤੇ ਸਾਨੂੰ ਪਤਾ ਹੈ ਤੋ ਗੋਇਆ ਅਬੂ ਬਕਰ ਪਾਕ ਸਿੱਧੀ ਕੁਛ ਫਿਕਰ ਦੇ ਹਾਮਿਲ ਨੇ ਬੁਨਿਆਦੀ ਪਾਕੀਜ਼ਾ ਚੀਜ਼ ਇਸਲਾਮ ਦੀ ਇਸਤਿਕਾਮਤ ਔਰ ਇਸਤਿਕਾਮਤ ਦਾ ਤਸੱਵਰ ਇਹਨਾਂ ਦੀ ਜ਼ਾਤ ਅਲਹਮਦੁਲਿਲਾ ਔਰ ਕਿਆਮਤ ਤੱਕ ਹਰ ਮੋਮਿਨ ਵਾਸਤੇ ਜ਼ਰੂਰੀ ਹੈ ਅਬੂ ਬਕਰ ਰੰਗ ਕਿਵੇਂ ਰੰਗੇ ਵਹੀ ਨਾਜ਼ਿਲ ਹੋਈ ਹਜ਼ਰਤ ਰਸੂਲ ਮੁਖਤਾਰ ਤੇ ਆਪਨੇ ਜਾ ਕੇ ਸਭ ਤੋਂ ਪਹਿਲੇ ਡਿਸਕਸ ਕੀਤਾ ਹਜ਼ਰਤ ਸੈਯਦਾ ਖਦੀਜਾ ਪਾਕ ਨਾਲ ਆਪਨੇ ਜਿਹੜੇ ਜੁਮਲੇ ਬੋਲੇ ਆਪ ਦੇ ਬਾਰੇ 'ਚ ਹਿਲਮ ਬੁਰਦਬਾਰੀ ਇਨਸਾਨੀ ਖਿਦਮਤ ਯਤੀਮਾਂ ਗਰੀਬਾਂ ਦਾ ਖਿਆਲ ਅਮਾਨਤ ਦਿਆਨਤ ਸ਼ਰਾਫਤ ਉਹ ਸਾਰੀਆਂ ਗੱਲਾਂ ਕਰਕੇ ਉਹਨਾਂ ਨੇ ਕਿਹਾ ਯਕੀਨਨ ਤੁਸੀਂ ਅੱਲਾਹ ਦੇ ਸੱਚੇ ਰਸੂਲ ਹੋ ਔਰ ਹੁਕਮ ਰੱਬੀ ਆਇਆ ਐਲਾਨ ਵਾਲਾ ਇਹਦੀ ਵਜ਼ਾਹਤ ਆਸਮਾਨੀ ਕਿਤਾਬਾਂ ਦੇ ਮੁਸਤਨਦ ਉਹ ਮੋਤਬਰ ਆਲਮ ਮੇਰਾ ਚੱਚਾ ਜ਼ਾਦ ਵਰਕਾ ਬਿਨ ਨੌਫਲ ਉਹਦੇ ਕੋਲੋਂ ਤਸਦੀਕ ਕਰਾ ਲੈਂਦੇ ਹਾਂ ਅੱਗੋਂ ਉਹਨੇ ਵੀ ਸੇਮ ਜੁਮਲੇ ਬੋਲੇ ਯਾਰ ਦੇ ਰੰਗ ਚ ਰੰਗੇ ਹੋਏ ਇਸ ਗੁਲਾਮ ਨੂੰ 12 ਸਾਲ ਬਾਅਦ ਇਬਨ ਅਬੀ ਦਗਨਾ ਜਦੋਂ ਮਿਲਿਆ ਤੇ ਉਹਨੇ ਆਖਿਆ ਕਿੱਥੇ ਤੇ ਆਪਨੇ ਸ਼ਿਕਵਾ ਕੀਤਾ ਮੱਕੇ ਦੇ ਵਡੇਰਿਆਂ ਤੇ ਸ਼ਿੱਦਤ ਪਸੰਦ ਲੋਕਾਂ ਦਾ ਇਬਨ ਅਬੀ ਦਗਨਾ ਨੇ ਉਹੀ ਜੁਮਲੇ ਬੋਲੇ ਹਿਲਮ ਸ਼ਰਾਫਤ ਅਮਾਨਤ ਦਿਆਨਤ ਗਰੀਬ ਪਰਵਰੀ ਲਜਪਾਲੀ ਜਿਹੜੇ ਜੁਮਲੇ ਸੈਯਦਾ ਖਦੀਜਾ ਪਾਕ ਨੇ ਮੁਸਤਫਾ ਨੂੰ ਬੋਲੇ ਸਨ ਹੋਇਆ 12 ਸਾਲ ਅਬੂ ਬਕਰ ਮੁਹੰਮਦ ਪਾਕ ਦੇ ਕਰੀਬ ਹੋ ਕੇ ਉਹ ਸਾਰੇ ਰੰਗ ਹਲਕ ਬਰਕਾਤ ਮੁਸਤਫਾ ਕੋਲੋਂ ਲੈ ਚੁੱਕਿਆ ਸੀ ਕਿ ਹਜ਼ੂਰ ਸਿੱਦੀਕ ਅਕਬਰ ਨੂੰ ਜਿਹੜਾ ਵੇਖਦਾ ਸੀ ਉਹਨੂੰ ਸੂਚੀ ਅਤੇ ਮੁਸਤਫਾ ਦਾ ਨਜ਼ਰ ਆਉਂਦੀ ਸੀ ਜਿਹੜਾ ਨਾਤ ਪੜ੍ਹਨ ਲੱਗਿਆ ਇਜ਼ਾਜ਼ ਸਮਝੇ ਤੇ ਸਿਰਫ ਮੁਅੱਜ਼ਜ਼ ਬੰਦਾ ਪੜ੍ਹੇ ਬਾਕੀ ਤਕਲੀਫ ਨਾ ਕਰੋ ਜੋ ਮੁਝਕੋ ਜੋ ਮੁਝਕੋ ਦੇਖ ਲੈ ਉਸਕੋ ਤੇਰਾ ਦੀਦਾਰ ਹੋ ਜਾਏ
محشر محفل کرم اتنا میری سرکار ہو جائے نگاہیں منتظر رہ جائے اور دیدار رسول مختار دی دربار رنگ کج رنگے گئے حضور جی ناز ابو بکر اسلام نو جیجے تے فخر ابو بکر قرآن نے جیجے تمغیاں دا اعلان کیتا ابو بکر مصطفیٰ پاک نے دربار دربار ہمیشہ جو نمایاں ہے ابو بکر جیجے اٹھے صحابہ راضی نے ابو بکر 1400 سال بعد اسلام بھی پاکیزہ مقدس عمارت جنا سکونت قائم ایک دن ابو بکر ایک عمر ایک عثمان ایک علی آل سنت دا معیار و اعزاز ایوے اسیاں نے اسلام دے چہرے دی صداقت دا نام ابو بکر اسلام دی طاقت دا نام عمر اسلام دی شرافت دا نام عثمان اسلام دی غیرت دا نام علی اسلام دی شجاعت دا نام جناب حسنین کریمین نے اج 1400 سال تو بعد انہاں دی برکات محبت الفت مسلم وچ منتقل کیویں کریے میرے پاک نبی دے پیارے غلام قرآن اعلان فرما رہی ہے لقد کان لکم فی رسول اللہ اسوۃ حسنہ پیغمبر اسلام دی مقدس حیات پاک عالمگیر زندگی ہر مسلم مومن لئی او کامل نمونہ ہے اپنے سامنے رکھو گے خیر بھی برکت بھی عزت بھی رحمت بھی ہر لمحے پروردگار دی بارگاہ وچ پاؤ گے اگر 1400 سدیاں بعد کوئی انسان اس پیکر وچ ڈھلے وجود نو ویکھن دی سعادت حاصل کرنا چاہندا ہے پھر او کتب تواریخ و احادیث وچ اس پیکر نو سامنے رکھے جدے بارے قرآن آکھ رہا ہے بادشاہ یو جن نبو ہن اقا الذی یمتی ما لہو یتا زکا جدے بارے قرآن آکھ رہا ہے والذی جا اب صدق و صدق به اولائک اولائک هم